ਨਿਊਮੋਨੀਆ ਸਕੇਅਰ ਤੇ ਮੈਂ ਤੇ ਇਹ ਸਮਝਣਾ ਵੀ 50% 100 ਦੇ ਵਿੱਚੋਂ 50% ਬੰਦਾ ਹੀ ਨਿਊਮੋਨੀਆ ਸਕੇਅਰ ਤੋਂ ਤੇ ਜਾਂ ਚੋਰ ਬਜ਼ਾਰੀ ਚੋਂ ਇਹਨਾਂ ਪਕੜਿਆ ਪੁਲਿਸ ਵਾਲਿਆਂ ਸਕੂਪੇ ਦੇ ਅੰਦਰ ਇਹ ਵੇਖੋ ਜੀ ਸਰਨਾਟਾ ਸਕੇਅਰ ਤੇ ਵੀ ਸਖਤੀ ਉਂਝੀ ਹੈ ਜਿਵੇਂ ਕਿ ਪਹਿਲੇ ਦਿਨ ਸੀ ਸਕੂਪਾ ਜਾਰੀ ਹੋਇਆ ਸੀ ਥੋੜ੍ਹੀ ਜਿਹੀ ਨਰਮੀ ਕਰ ਲਓ ਜਾਂ ਆ ਗਈ ਹੋਵੇ ਤੇ ਤਾਂ ਅਜੀਬ ਮਹਿਸੂਸ ਹੁੰਦਾ ਯਾਰ ਜਿਸਲੇ ਬਾਹਰ ਨਿਕਲੇ ਤੇ ਬਿਲਕੁਲ ਸਰਨਾਟਾ ਵੇਖੀਦਾ ਸਖਤੀ ਦੁਬਈ ਤੋਂ ਅਲੀ ਵੀ ਜਗ੍ਹਾ ਜਗ੍ਹਾ ਤੇ ਪੁਲਿਸ ਵਾਲੇ ਖਲੇ ਨੇ ਸਿਰਫ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾ ਸਕਦਾ ਫਿਰ ਅਸਲਾਮੁਅਲੈਕਮ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰਾ ਨਾਮ ਸ਼ਰਾਜ ਪਰਦੇਸੀ ਅਤੇ ਇਸ ਟਾਈਮ ਮੈਂ ਗ੍ਰੀਸ ਦੇ ਈਥਨ ਸ਼ਹਿਰ ਦੇ ਮੁਨਸ਼ਤਰਾਕੀ ਸਕੇਅਰ ਤੇ ਖਲੇ ਅੱਜ ਦਾ ਸਾਡਾ ਟਾਪਿਕ ਹੋਏਗਾ ਜੀ ਗ੍ਰੀਸ ਦੇ ਬਾਰੇ 'ਚ ਈਥਨ ਦੇ ਬਾਰੇ ਜਿਹੜੀ ਸਖਤੀ ਪੁਲਿਸ ਨੇ ਕੀਤੀ ਹੈ ਸਕੂਪੇ ਦੇ ਬਾਰੇ ਜਿਹੜਾ ਕਿ 6 ਮਹੀਨੇ ਤੋਂ ਸਟਾਰਟ ਹੈ ਇਹ ਸਾਰੀ ਤਫਸੀਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਲੱਭੇਗੀ ਕਿ ਬਹੁਤ ਜ਼ਿਆਦਾ ਇੱਥੇ ਸਖਤੀ ਹੋਈ ਹੈ ਇਸ ਕਰਕੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਸਭ ਕੁਛ ਮੈਂ ਲਾਈਵ ਖਾਣਾ ਇਸ ਟਾਈਮ ਕੀ ਸੂਰਤ ਹਾਲ ਹੈ ਇਸ ਜੈਸਾ ਕਿ ਸਾਰਿਆਂ ਨੂੰ ਪਤਾ ਹੈ ਗ੍ਰੀਸ ਤੋਂ 6 ਮਹੀਨੇ ਤੋਂ ਸਕੂਪਾ ਚੱਲ ਰਿਹਾ ਜਿਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਸਖਤੀ ਹੋ ਗਈ ਹੈ ਅਤੇ ਇਹ ਚੈੱਕ ਕਰ ਸਕਦੇ ਉਹਦੇ ਅਸਰਾਤ ਸਿਰਫ ਟੂਰਿਸਟ ਹੀ ਨਜ਼ਰ ਆਉਣ ਦੇ ਪਾਕਿਸਤਾਨੀ ਬੰਗਾਲੀ ਅਫਗਾਨੀ ਸਾਰੀ ਕੰਪਨੀ ਤਕਰੀਬਨ ਡਕੇ ਨੇ ਇਹ ਚੈੱਕ ਕਰ ਸਕਦੇ ਹੋ ਸੁਨਸਾਨ ਹੋਇਆ ਇੱਥੇ ਨਹੀਂ ਤਾਂ ਪਾਕਿਸਤਾਨੀ ਦੀਆਂ ਰੌਣਕਾਂ ਆਉਂਦੀਆਂ ਨਿਊਮੋਨੀਆ ਸਕੇਅਰ ਵੀ ਤੁਹਾਨੂੰ ਇਹਦੇ ਬਾਅਦ ਫਗਾਵਾਂਗੇ ਜਿਹੜੇ ਮੇਨ ਮੇਨ ਜਗ੍ਹਾ ਨੇ ਜਿੱਥੇ ਪਾਕਿਸਤਾਨੀ ਦੀਆਂ ਰੌਣਕਾਂ ਹੁੰਦੀਆਂ ਸਨ ਉਹ ਤੁਹਾਨੂੰ ਜਗ੍ਹਾ ਫਗਾਵਾਂਦੇ ਆ ਮੁਨਸ਼ਤਰਾਕੀ ਸਕੇਅਰ ਅਤੇ ਕੋਈ ਯਾਰ ਰੌਣਕ ਨਹੀਂ ਰਹੀ ਸਿਰਫ ਟੂਰਿਸਟ ਹੀ ਹੈ ਕਮ ਸੇ ਕਮ ਚਾਰ ਵੱਡੇ ਕੈਂਪ ਨੇ ਇੱਥੇ ਗ੍ਰੀਸ ਵਿੱਚ ਮਨੀਦੀ ਕੈਂਪ ਕੋਰਿੰਥੋ ਅਤੇ ਕਸਾਂਤੀ ਅਤੇ ਦਰਾਮਾ ਤਕਰੀਬਨ 1500 ਬੰਦਾ ਆਰ ਕੈਂਪ ਵਿੱਚ ਡਕੇ ਹੈ ਇਹਦੀ ਵਜ੍ਹਾ ਤੋਂ ਫਿਰ ਇਹ ਚੀਜ਼ ਤਾਂ ਹੋਣੀ ਸੀ ਨਾ ਇਹ ਸਰਨਾਟਾ ਤੁਸੀਂ ਆਪ ਚੈੱਕ ਕਰ ਸਕਦੇ ਹੋ ਜਿਹੜੇ ਬੰਦੇ ਜੇਲ੍ਹਾਂ 'ਚ ਵੀ ਮੈਨੂੰ ਵੇਖ ਰਹੇ ਨੇ ਕੰਪਾਂ 'ਚ ਵੀ ਵੇਖ ਰਹੇ ਨੇ ਉਸ ਚੀਜ਼ ਨੂੰ ਇਸ ਚੀਜ਼ ਨੂੰ ਸਮਝਦੇ ਨੇ ਕਿ ਇੱਥੇ ਕਿੰਨਾ ਕੁ ਰਸ਼ ਹੁੰਦੇ ਸਨ ਅਤੇ ਇੱਥੇ ਹੀ ਉਹ ਕਦੀ ਬੈਠੇ ਹੁੰਦੇ ਸਨ ਅਤੇ ਅੱਜ ਸਰਨਾਟਾ ਛਾਏ ਹੈ ਬੜਾ ਅਜੀਬ ਮਹਿਸੂਸ ਹੁੰਦਾ ਯਾਰ ਜਿਸਲੇ ਬਾਹਰ ਨਿਕਲੇ ਤਾਂ ਬਿਲਕੁਲ ਸਰਨਾਟਾ ਵੇਖੀਦਾ ਸਖਤੀ ਦੁਬਈ ਤੋਂ ਅੱਲਾ ਪਾਕ ਕਰਮ ਕਰੇ ਅਤੇ ਥੋੜ੍ਹਾ ਜਿਹਾ ਇਹ ਵਜ਼ੀਰ ਆਜ਼ਮ ਹੀ ਜਿਹੜਾ ਇਹਨਾਂ ਦਾ ਉਹ ਸਾਡੇ ਹੱਕ 'ਚ ਨਹੀਂ ਇਸ ਕਰਕੇ ਦੁਆ ਇਹ ਚਿਪਰਾ ਆਏ ਦੁਬਾਰਾ ਵਾਪਸ ਅਤੇ ਕੋਈ ਸਾਡੇ ਵਾਸਤੇ ਨਰਮੀ ਹੋਵੇ ਇੱਥੇ ਫਿਲਹਾਲ ਤਾਂ ਹਾਲਾਤ ਬਹੁਤ ਖਰਾਬ ਨੇ ਅਤੇ ਮੈਂ ਮੁਨਸ਼ਤਰਾਕੀ ਤੋਂ ਮੋਨੀ ਦੀ ਤਰਫ ਜਾ ਰਿਹਾ ਅਤੇ ਤਕਰੀਬਨ 1.5 ਘੰਟਾ ਹੋ ਗਿਆ ਮੈਨੂੰ ਘਰੋਂ ਨਿਕਲਿਆ ਪਾਕਿਸਤਾਨੀ ਬੰਗਾਲੀ ਬੰਗਲਾਦੇਸ਼ ਕੋਈ ਵੀ ਅਕਸੇ ਨੂੰ ਮੈਨੂੰ ਨਹੀਂ ਬਾਹਰ ਲੱਭਿਆ ਮੈਂ ਤਰਸ ਗਿਆ ਯਾਰ ਵੇਖਣ ਵਾਸਤੇ ਮਕਸਦ ਇਹ ਸੀ ਵੀ ਜਗ੍ਹਾ ਜਗ੍ਹਾ 'ਤੇ ਪੁਲਿਸ ਵਾਲੇ ਖਲੇ ਨੇ ਸਿਰਫ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾ ਸਕਦਾ ਅਗਰ ਮੈਂ ਵੀਡੀਓ ਬਣਾਉਂਦਾ ਉਸ ਚੀਜ਼ ਦਾ ਮੇਰੇ ਵਾਸਤੇ ਮਸਲਾ ਹੈ ਬਾਅਦ 'ਚ ਸਿਰਫ ਇਸ ਕਰਕੇ ਮੈਂ ਤੁਹਾਨੂੰ ਕਹਾ ਰਿਹਾ ਵੇਖੋ ਸਰਨਾਟਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜੇ ਮੇਰੇ ਭਰਾ ਕੰਪਨੀ ਡੱਕੇ ਨੇ ਉਹ ਇਸ ਚੀਜ਼ ਨੂੰ ਮਹਿਸੂਸ ਕਰਨ ਵੀ ਕਿੰਨੀ ਸਖਤੀ ਹੋ ਗਈ ਕਿਉਂਕਿ ਉਹ ਅੰਦਰ ਰਹਿ ਕੇ ਬਾਹਰ ਦਾ ਨਿਜ਼ਾਮ ਨਹੀਂ ਦੇਖ ਸਕਦੇ ਅਤੇ ਜਿਹੜੇ ਮੇਰੇ ਭਰਾ ਇਸ ਸਖਤੀ ਤੋਂ ਬਚਣ ਵਾਸਤੇ ਘਰਾਂ 'ਚ ਬੈਠੇ ਨੇ ਉਹ ਵੀ ਵੇਖ ਸਕਣ ਵੀ ਜਿਹੜਾ ਕੋਈ ਨਿਜ਼ਾਮ ਇੱਥੇ ਖਰਾਬ ਹੈ ਕੋਸ਼ਿਸ਼ ਇਹੀ ਕਰਨ ਬਗੈਰ ਕੰਮ ਤੋਂ ਬਾਹਰ ਨਾ ਨਿਕਲਣ ਸਿਰਫ ਮੈਂ ਵੀ ਬਿਜਲੀ ਦਾ ਬਿੱਲ ਤਾਰਨਾ ਸੀ ਮੈਂ ਆ ਕੇ ਚਲੋ ਬਿੱਲ ਤਾਰਨੇ ਨਾਲ ਹੀ ਵੀਡੀਓ ਬਣਾ ਦੇਣਾ ਬਗੈਰ ਕੰਮ ਤੋਂ ਮੈਂ ਵੀ ਬਾਹਰ ਨਹੀਂ ਨਿਕਲਿਆ ਕਿਉਂਕਿ ਇਸ ਸਖਤੀ ਦੇ ਵਿੱਚ ਸਕੂਪੇ ਦੇ ਵਿੱਚ ਛੋਟੀ ਮੋਟੀ ਖਰਤੀ ਛੋਟੇ ਮੋਟੇ ਪੇਪਰ ਨਹੀਂ ਮੰਨਦੇ ਸਹੀ ਪੇਪਰ ਹੋਣ ਕਲੋਨੀ ਕਾ ਉਸ ਚੀਜ਼ ਨੂੰ ਹੀ ਮੰਨਦੇ ਨੇ ਬਾਕੀ ਦੂਸਰੀ ਖਰਤੀ ਨਹੀਂ ਮੰਨਦੇ ਬਿੱਲ ਪੇ ਕਰ ਦਿੱਤਾ ਬਿਜਲੀ ਦਾ ਅਤੇ ਹੁਣ ਮੁਨੀਆ ਸਕੇਅਰ 'ਤੇ ਜਾਣ ਲੱਗੇ ਹਾਂ ਯਾਰ ਇੱਕ ਵਾਰੀ ਕਾਰਡ ਉਹਨੇ ਅੰਦਰ ਜਿਸਲੇ ਗਈਆਂ ਉਦੋਂ ਦਿੱਤੇ ਨੇ ਇੱਕ ਵਾਰੀ ਬਾਹਰ ਆਏ ਇੰਨੇ ਕਾਰਡ ਹੋ ਗਏ ਨੇ ਮੇਰੇ ਕੋਲ ਮੁਨੀਆ ਸਕੇਅਰ 'ਤੇ ਮਿਲਣੇ ਜਾ ਕੇ ਮੁਨੀਆ ਸਕੇਅਰ ਤੋਂ ਪਹਿਲੇ ਛੋਟਾ ਜਿਹਾ ਮੰਜ਼ਰ ਵੇਖ ਲਓ ਇਹ ਪਲਾਤੀਆ ਜਿੱਥੇ ਕਿ ਜਵੇਦ ਅਸਲਮ ਰਾਈ ਜਿਹੜਾ ਇੱਥੇ ਕਮਿਊਨਿਟੀ ਦਾ ਸਦਰ ਹੈ ਉਹਦਾ ਉੱਤੇ ਦਫ਼ਤਰ ਹੈ ਇੱਥੇ ਵੀ ਕਦੀ ਬੜਾ ਰਸ਼ ਹੁੰਦਾ ਸੀ ਅੱਜ ਇੱਥੇ ਵੀ ਸਰਨਾਟਾ ਹੈ ਅੱਜ ਕੀ ਜਦੋਂ ਦੇ ਸਕੂਪਾ ਜਾਰੀ ਹੋਇਆ 6 ਮਹੀਨਿਆਂ ਤੋਂ ਮੈਂ ਤਾਂ ਇਹ ਸਮਝਣਾ ਬਈ 100% ਬੰਦੇ ਵਿੱਚੋਂ 50% ਬੰਦੇ ਜਿਹੜੇ ਨੇ ਅੱਗੇ ਟੁਰ ਗਏ ਨੇ ਬਾਕੀ 50% ਬੰਦਿਆਂ ਵਿੱਚੋਂ ਵੀ 20% ਬੰਦੇ ਕੰਪਾਂ 'ਚ ਨੇ ਅਤੇ 30% ਹੀ ਬਾਹਰ ਹੋਣੇ ਨੇ ਉਹ ਵੀ ਮਤਲਬ ਆਪਣੇ ਕੰਮ ਕਾਜ ਤੋਂ ਬਸ ਇੰਨਾ ਹੀ ਉਹਨਾਂ ਦਾ ਕੰਮ ਅਤੇ ਕੰਮ ਤੋਂ ਕਾਰ ਵਾਰਾ ਫਿਰਨਾ ਖਤਮ ਹੋ ਗਿਆ ਸਾਰਿਆਂ ਦਾ ਅਜੇ ਤੱਕ ਤਾਂ ਮੈਨੂੰ ਨਹੀਂ ਪਾਕਿਸਤਾਨੀ ਕੋਈ ਵੀ ਲੱਭਿਆ ਅਫਗਾਨੀ ਨਾ ਹੀ ਬੰਗਾਲੀ ਇੰਟਰੀ ਹੋ ਗਈ ਜੀ ਮੋਨੀਆ ਸਕੇਅਰ 'ਤੇ ਮੈਂ ਤਾਂ ਇਹ ਸਮਝਣਾ ਵੀ 50% 100 ਦੇ ਵਿੱਚੋਂ 50% ਬੰਦਾ ਹੀ ਨਿਊਮੋਨੀਆ ਸਕੇਅਰ ਤੋਂ ਅਤੇ ਜਾਂ ਚੋਰ ਬਜ਼ਾਰੀ 'ਚੋਂ ਇਹਨਾਂ ਪਕੜਿਆ ਪੁਲਿਸ ਵਾਲਿਆਂ ਸਕੂਪੇ ਦੇ ਅੰਦਰ ਇਹ ਵੇਖੋ ਜੀ ਸਰਨਾਟਾ ਸਕੇਅਰ 'ਤੇ ਵੀ ਬਾਕੀ ਤੁਹਾਨੂੰ ਨੇੜੇ ਜਾ ਕੇ ਵਿਖਾਉਂਦੇ ਹਾਂ ਇੱਕ ਰਾਊਂਡ ਲਾ ਕੇ ਤੁਹਾਨੂੰ ਵਿਖਾਉਣਾ ਨਿਊਮੋਨੀਆ ਸਕੇਅਰ ਦਾ ਅਤੇ ਬਾਕੀ ਫਿਰ ਤੁਹਾਨੂੰ ਹੋਰ ਵੀ ਜਗ੍ਹਾ ਕੋਈ ਵਿਖਾਉਣਾ ਸਿਰਫ ਮੇਰਾ ਦੱਸਣ ਦਾ ਇਹ ਮਕਸਦ ਹੈ ਵੀ ਅੱਜ ਵੀ ਸਖਤੀ ਉਂਝੀ ਹੈ ਜਿਵੇਂ ਕਿ ਪਹਿਲੇ ਦਿਨ ਸੀ ਸਕੂਪਾ ਜਾਰੀ ਹੋਇਆ ਸੀ ਥੋੜ੍ਹੀ ਜਿਹੀ ਨਰਮੀ ਕਰ ਲਓ ਜਾਂ ਆ ਗਈ ਹੋਵੇ ਤੇ ਬਾਕੀ
ਉਹ ਬੜੇ ਬਿਹਤਰ ਬੰਦੇ ਰਹਿ ਗਏ ਨੇ ਜਿਹੜੇ ਡੈਂਕੀ ਲਾ ਕੇ ਥੋਕੇ ਟੁਰ ਗਏ ਨੇ, ਜਿਹੜੇ ਛੋਟੇ ਕੰਪਾਂ 'ਚ ਫਸ ਗਏ ਨੇ ਉਹ ਵੀ ਬਹੁਤ ਮਜ਼ਬੂਰ ਨੇ, ਅਤੇ ਇੱਥੇ ਜਿਹੜੇ ਰਹਿ ਗਏ ਨੇ ਉਹਨਾਂ ਦਾ ਵੀ ਹੁਣ ਇਹੀ ਮਿਸ਼ਨ ਹੈ ਨਿਕਲ ਚੱਲੀਏ ਕਿਸੇ ਤਰੀਕੇ, ਕਿਉਂਕਿ ਇੱਥੇ ਦਾ ਕਾਨੂੰਨ ਬਹੁਤ ਖਰਾਬ ਹੋ ਗਿਆ ਅਚਾਨਕ। जी बनाना जूस लिया हूँ विक्टोरिया स्टेशन तो आ गए, तो विक्टोरिया स्टेशन तक पहुँच गए हूँ, जान लगे कार अल ये नाल नाल संध्यो इजाजत मिलांगे नैक्सट वीडियो के कुछ इनफॉरमेशन की जी थोड़े तक पहुँच गई होनी। अल्लाह हाफिज़।